ਹੈਲੋ ਦੋਸਤੋ, ਫਾਰਮਿੰਗ ਲੈਂਡ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ, ਜੇ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਤਾਂ ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਗਾਂ ਮੱਝ ਦਾ ਲੇਵਾ ਬਣਾਉਣ ਵਾਸਤੇ ਕਿਹੜੀ ਦਵਾਈ ਆਪਾਂ ਨੂੰ ਵਰਤਣੀ ਚਾਹੀਦੀ ਹੈ ਅਤੇ ਕਿਸ ਤਰ੍ਹਾਂ ਅਤੇ ਕਿਸ ਤਰੀਕੇ ਨਾਲ ਵਰਤਣੀ ਚਾਹੀਦੀ ਆ, ਉਹ ਮੈਂ ਸਭ ਤੁਹਾਨੂੰ ਡਿਟੇਲ ਦੇ ਵਿੱਚ ਹੁਣ ਦੱਸਾਂਗਾ ਜੀ। ਤਾਂ ਦੋਸਤੋ, ਗੱਲ ਕਰਦੇ ਹਾਂ ਆਪਾਂ ਲੇਵਾ ਵਧੀਆ ਬਣਾਉਣ ਵਾਸਤੇ ਕਿ ਕੀ ਹੁੰਦਾ ਕਿ ਪਸ਼ੂ ਦੇ ਦਿਨ ਨੇੜੇ ਆ ਜਾਂਦੇ ਆ ਪਰ ਪਸ਼ੂ ਲੇਵਾ ਵਧੀਆ ਨਹੀਂ ਬਣਾਉਂਦਾ, ਉਸ ਦੇ ਕਾਰਨ ਦੁੱਧ ਦੀ ਪੈਦਾਵਾਰ ਬਹੁਤ ਘੱਟ ਜਾਂਦੀ ਆ। ਤਾਂ ਉਹਦੇ ਲਈ ਆਪਾਂ ਨੂੰ ਸਭ ਤੋਂ ਵਧੀਆ ਜੋ ਹੈਗਾ ਵਾ ਉਹ ਹੈ ਵਿਟਾਮਿਨ ਐਚ, ਜੋ ਵਿਟਾਮਿਨ ਦੇ ਨਾਲ ਭਰਪੂਰ ਹੁੰਦਾ। ਇਹਦੇ ਵਿੱਚ ਵਿਟਾਮਿਨ ਬਹੁਤ ਜ਼ਿਆਦਾ ਹੁੰਦੇ ਆ। ਇਹਨੂੰ ਕੀ ਕਰਨਾ ਹੈ ਕਿ ਕਿਵੇਂ ਦੇਣਾ ਹੈ ਇਹਦਾ ਸਾਰਾ ਤਰੀਕਾ ਤੁਹਾਨੂੰ ਮੈਂ ਅੱਗੇ ਹੁਣ ਵੀਡੀਓ ਵਿੱਚ ਦੱਸ ਰਿਹਾ ਵਾਂ। ਵਿਟਾਮਿਨ ਐਚ ਦੇ ਨਾਲ ਨਾਲ ਆਪਾਂ ਨੂੰ ਇੱਕ ਹੋਰ ਚੀਜ਼ ਹੈ, ਉਹ ਹੈ ਅਡਰਟੋਨ, ਡਾਕਟਰ ਜੌਨ ਦੀ ਅਡਰਟੋਨ ਹੈ, ਬਹੁਤ ਹੀ ਵਧੀਆ ਹੋਮਿਓਪੈਥਿਕ ਦਾ ਰਿਜ਼ਲਟ ਹੈ ਇਹਦਾ। ਅਤੇ ਜੇ ਆਪਾਂ ਇਹ ਤਰੀਕਾ ਨਹੀਂ ਵਰਤਣਾ ਤਾਂ ਵਿਟਾਮਿਨ ਐਚ ਇੰਜੈਕਸ਼ਨ ਆਉਂਦੇ ਆ ਜੋ ਬਹੁਤ ਹੀ ਵਧੀਆ ਰਿਜ਼ਲਟ ਦਿੰਦੇ ਆ। ਵਿਟਾਮਿਨ ਐਚ ਇੰਜੈਕਸ਼ਨ ਦੇ ਨਾਲ ਆਪਾਂ ਕੀ ਕਰਨਾ, ਟੋਨੋਫੋਸਫੇਨ ਇੰਜੈਕਸ਼ਨ ਹੈ ਜੀ, ਇਹ ਇੰਜੈਕਸ਼ਨ ਨਾਲ ਆਪਾਂ ਯੂਜ਼ ਕਰ ਸਕਦੇ ਹਾਂ। ਇਹਦੇ ਨਾਲ ਪਸ਼ੂ ਦੀ ਸਿਹਤ ਵੀ ਵਧੀਆ ਹੋ ਜਾਂਦੀ ਆ ਅਤੇ ਇੱਕ ਹੋਰ ਸੂਣ 'ਚ ਵੀ ਵਧੀਆ ਸੌਖਾ ਮਹਿਸੂਸ ਕਰਦਾ ਪਸ਼ੂ। ਤਾਂ ਆਪਾਂ ਪਹਿਲਾਂ ਗੱਲ ਕਰਦੇ ਹਾਂ ਵਿਟਾਮਿਨ ਐਚ ਬਾਰੇ ਕਿ ਵਿਟਾਮਿਨ ਐਚ ਦੇ ਕੀ ਫਾਇਦੇ ਆ ਅਤੇ ਕਿਵੇਂ ਦੇਣੀ ਆ। ਵਿਟਾਮਿਨ ਐਚ ਆਪਾਂ 20 ml ਰੋਜ਼ਾਨਾ ਦੇਣੀ ਆ ਜੀ। ਇਹਦੇ ਨਾਲ ਲੇਵੇ ਦਾ ਆਕਾਰ ਬਹੁਤ ਵੱਧ ਜਾਂਦਾ ਅਤੇ ਪਸ਼ੂ ਦੀ ਦੁੱਧ ਦੀ ਸਮਰੱਥਾ ਵੱਧਦੀ ਹੈ ਇਹਦੇ ਨਾਲ। ਜਿਵੇਂ ਆਪਣਾ ਪਸ਼ੂ ਜੇ 10 ਕਿਲੋ ਦੁੱਧ ਦਿੰਦਾ ਤਾਂ 12-14 ਕਿਲੋ ਦੁੱਧ 'ਤੇ ਆ ਜਾਊਗਾ ਤਕਰੀਬਨ ਮੱਝ ਜੋ ਹੈਗੀ ਆ। ਅਤੇ ਉਹਦੇ ਨਾਲ ਨਾਲ ਆਪਾਂ ਅਡਰ ਨੂੰ ਲੇਵੇ ਦਾ ਆਕਾਰ ਵਧੀਆ ਕਰਨ ਲਈ ਅਤੇ ਅਡਰ ਦੀਆਂ ਜੋ ਬਿਮਾਰੀਆਂ ਉਹਨਾਂ ਨੂੰ ਰੋਕਣ ਵਾਸਤੇ ਅਡਰਟੋਨ ਇੱਕ ਬਹੁਤ ਹੀ ਵਧੀਆ ਫਾਰਮੂਲਾ ਇਹ ਡਾਕਟਰ ਜੋਨਸ ਦਾ। ਅਡਰਟੋਨ ਨੂੰ ਆਪਾਂ ਸੁਬਹਾ ਸ਼ਾਮ ਇਹਨੂੰ ਨਾਲ ਦੇਣਾ ਹੋਮਿਓਪੈਥਿਕ ਦਵਾਈ ਨੂੰ, ਇਹ ਉੱਪਰ ਲਿਖੀ ਹੋਊਗੀ ਵਿਧੀ ਜਿਸ ਤਰੀਕੇ ਨਾਲ ਦੇਣੀ ਆ। ਅਤੇ ਜੇ ਆਪਾਂ ਇਹ ਦਵਾਈ ਨਹੀਂ ਦੇਣੀ ਚਾਹੁੰਦੇ ਤਾਂ ਆਪਾਂ ਵਿਟਾਮਿਨ ਐਚ ਇੰਜੈਕਸ਼ਨ ਜੋ 10 ml ਵਾਲਾ ਆਉਂਦਾ ਹੈ ਆਪਾਂ ਤਕਰੀਬਨ 4 ਤੋਂ 5 ਇੰਜੈਕਸ਼ਨ ਲੈ ਕੇ ਆਉਂਦੇ ਹਾਂ ਜੀ। 10 ml ਦਾ ਇੰਜੈਕਸ਼ਨ ਇੱਕ ਲਗਾ ਕੇ 1 ਦਿਨ ਛੱਡ ਕੇ ਲਗਾਉਂਦੇ ਹਾਂ, ਇਹ 1 ਦਿਨ ਬਾਅਦ ਯਾਨੀ ਕਿ 1 ਦਿਨ ਲਗਾਉਣਾ 1 ਦਿਨ ਛੱਡਣਾ। ਅਤੇ ਇਹ ਇਸ ਦੇ ਰਿਜ਼ਲਟ ਜੋ ਹੈ ਉਹ ਬਹੁਤ ਹੀ ਵਧੀਆ ਰਿਜ਼ਲਟ ਹੈ ਇਹਦੇ। ਇਹਦੇ ਨਾਲ ਕੀ ਹੁੰਦਾ ਕਿ ਜੇ ਆਪਣੇ ਪਸ਼ੂ ਦੇ ਦਿਨ ਥੋੜ੍ਹੇ ਰਹਿੰਦੇ ਆ ਸੂਣ 'ਚ ਅਤੇ ਆਪਾਂ ਪਹਿਲਾਂ ਕੁਛ ਜੇ ਨਹੀਂ ਪਾਇਆ ਯਾਨੀ ਕਿ 10 ਤੋਂ 15 ਦਿਨ ਪਹਿਲਾਂ ਵੀ ਇਸ ਨੂੰ ਆਪਾਂ ਸ਼ੁਰੂ ਕਰਕੇ ਜੇ 10 ਦਿਨ ਦੇ ਵਿੱਚ ਸ਼ੁਰੂ ਕਰ ਲਈਏ ਤਾਂ ਤਕਰੀਬਨ ਆਪਣੇ 4 ਇੰਜੈਕਸ਼ਨ ਲੱਗ ਜਾਂਦੇ ਆ, 4 ਤੋਂ 5 ਇੰਜੈਕਸ਼ਨ। ਉਹਦੇ ਨਾਲ ਕੀ ਹੁੰਦਾ ਕਿ ਪਸ਼ੂ ਲੇਵੇ ਦਾ ਆਕਾਰ ਬਹੁਤ ਵਧੀਆ ਕਰ ਜਾਂਦਾ ਵਾ ਅਤੇ ਦੁੱਧ ਦੀ ਮਾਤਰਾ ਵੀ ਬਹੁਤ, ਪੈਦਾਵਾਰ ਵੀ ਬਹੁਤ ਵੱਧ ਜਾਂਦੀ ਹੈ ਇਹਦੇ ਨਾਲ। ਅਤੇ ਇਹਦੇ ਨਾਲ ਜੋ ਲੇਵੇ ਦੀਆਂ ਕੋਈ ਬਿਮਾਰੀਆਂ ਵਾ ਉਹ ਵੀ ਬਹੁਤ ਘਟਦੀਆਂ ਵਾ ਜੀ। ਅਤੇ ਪਸ਼ੂ ਨੂੰ ਵੈਸੇ ਵੀ ਵਿਟਾਮਿਨਸ ਬਹੁਤ ਮਿਲ ਜਾਂਦੇ ਆ, ਵਿਟਾਮਿਨ ਮਿਲਣ ਨਾਲ ਪਸ਼ੂ ਦੀ ਸਿਹਤ 'ਤੇ ਬਹੁਤ ਵਧੀਆ ਅਸਰ ਪੈਂਦਾ ਵਾ। ਅਤੇ ਨਾਲ ਹੀ ਨਾਲ ਇੱਕ ਇਹ ਵੀ ਇਹਦਾ ਫਾਇਦਾ ਕਿ ਇਹਦੇ ਨਾਲ ਪਸ਼ੂ ਸੂਣ ਮੌਕੇ ਵੀ ਔਖ ਮਹਿਸੂਸ ਨਹੀਂ ਕਰਦਾ ਅਤੇ ਜੇਰ ਵੀ ਬਹੁਤ ਸੌਖੇ ਤਰੀਕੇ ਨਾਲ ਪੈ ਜਾਂਦੀ ਆ। ਅਤੇ ਇਹਦੇ ਨਾਲ ਹੀ ਜੇ ਆਪਾਂ ਇੱਕ ਚੀਜ਼ ਹੋਰ ਵਰਤ ਲਈਏ ਉਹ ਹੈ ਟੋਨੋਫੋਸਫੇਨ ਇੰਜੈਕਸ਼ਨ, ਜੋ ਤੁਹਾਨੂੰ ਮੈਂ ਅੱਗੇ ਪਹਿਲਾਂ ਵੀ ਦੱਸਿਆ ਤਾਂ ਤੁਹਾਨੂੰ ਹੁਣ ਫਿਰ ਮੈਂ ਫੋਟੋ ਦਿਖਾ ਰਿਹਾ ਇਸ ਦੀ। ਇਸ ਇੰਜੈਕਸ਼ਨ ਨੂੰ ਵਰਤ ਲਈਏ ਤਾਂ ਇਹਦੇ ਨਾਲ ਕੀ ਆ, ਇਹਦੇ ਨਾਲ ਟੋਨੋਫੋਸਫੇਨ ਨਾਲ ਸਿਹਤ 'ਤੇ ਬਹੁਤ ਵਧੀਆ ਅਸਰ ਪੈਂਦਾ ਵਾ, ਸਿਹਤ ਬਹੁਤ ਹੀ ਵਧੀਆ ਬਣ ਜਾਂਦੀ ਆ, ਚਮੜੀ ਚਮਕਦਾਰ ਹੋ ਜਾਂਦੀ ਆ। ਅਤੇ ਜਿਵੇਂ ਆਪਣੇ ਕਈ ਪਸ਼ੂ ਜਿਵੇਂ ਗਾਵਾਂ ਹੁੰਦੀਆਂ ਵਾ ਗਰਮੀ ਦੇ ਵਿੱਚ ਲਹੂ ਮੂਤਨ ਦੀ ਬਿਮਾਰੀ ਆ ਜਾਂਦੀ ਆ, ਉਹਦੇ ਵਿੱਚ ਵੀ ਇਹ ਬਹੁਤ ਹੀ ਵਧੀਆ ਰਿਜ਼ਲਟ ਦਿੰਦਾ ਵਾ। ਅਤੇ ਮੈਂ ਤਾਂ ਇਹੀ ਤੁਹਾਨੂੰ ਕਹੂੰਗਾ ਕਿ ਇਸ ਦੋ ਇੰਜੈਕਸ਼ਨ ਨੂੰ
ਵਰਤ ਕੇ ਤੁਸੀਂ 10 ਦਿਨ ਦੇ ਵਿੱਚ ਵਿੱਚ ਆਪਣੇ ਪਸ਼ੂ ਦਾ ਲੇਵਾ ਬਹੁਤ ਹੀ ਵਧੀਆ ਬਣਾ ਸਕਦੇ ਹੋ। ਧੰਨਵਾਦ ਦੋਸਤੋ, ਵੀਡੀਓ ਨੂੰ ਦੇਖਣ ਲਈ ਲਾਈਕ ਬਹੁਤ ਬਹੁਤ ਧੰਨਵਾਦ, ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ, ਕਮੈਂਟ ਵਿੱਚ ਦੱਸਿਓ ਆਪਣੀ ਰਾਏ ਬਾਰੇ ਵੀ। ਥੈਂਕ ਯੂ।